ਦਿਨ ਵੀ ਉਹ ਤੋਂ ਦੋ ਤਿੰਨ ਦਿਨ ਪਹਿਲਾਂ ਮੇਰੇ ਨਾਲ ਸੀਗੇ ਮੇਰੀ ਬੱਚੀ ਨਾਲ ਖੇਲ ਰਹੇ ਸੀ ਮੇਰੇ ਕੋਲ ਵੀਡੀਓ ਆ ਜਾਂਦੀ ਸੀ 5:30 ਵਜੇ ਉਹ ਘਰ ਆਏ ਆਉਂਦਿਆਂ ਦੀ ਵੀ CCTV ਹੈਗੀ ਠੀਕ ਆ ਜਦੋਂ ਗਏ ਨੇ 8:15 ਵਜੇ ਉਦੋਂ ਦੀ ਵੀ CCTV ਹੈਗੀ ਫਿਰ ਅਸੀਂ ਹਸਪੀਟਲ ਗਏ ਹਾਂ ਥੋੜ੍ਹੀ ਜਿਹੀ ਮੈਡੀਸਿਨ ਲੈਣੀ ਸੀ ਉਹ ਵੀ CCTV ਹੈਗੀ 7:22 ਮਿੰਟ 'ਤੇ ਉਹਨਾਂ ਦਾ ਮਰਡਰ ਹੋ ਜਾਂਦਾ ਵਾ ਠੀਕ ਆ ਉਦੋਂ ਦੇ ਉਹ ਸਾਡੇ ਕੋਲ ਸੀਗੇ ਅਤੇ ਫਿਰ ਉਹ ਬੇਕਸੂਰ ਹੀ ਫਿਰ ਬਾਅਦ 'ਚ ਸਾਡਾ ਕੋਈ ਲਿੰਕ ਹੀ ਨਹੀਂ ਰਿਹਾ ਕਿਉਂਕਿ ਉਸ ਤੋਂ ਬਾਅਦ ਉਹਨੇ ਸਾਡਾ ਖੇੜਾ ਛੱਡਿਆ ਹੋਏਗਾ ਕਿਉਂਕਿ ਮੰਮਾ ਹੁਣਾਂ ਨਾਲ ਉਹ ਬਹੁਤ ਕਰਦਾ ਸੀਗਾ ਕਹਿੰਦੇ ਸੀਗੇ ਕਿ ਤੁਹਾਡੇ 'ਤੇ ਕੋਈ ਐਕਸ਼ਨ ਨਾ ਆਵੇ ਨਾ ਹੀ ਉਹ ਸਾਡੇ ਘਰ ਆਇਆ ਉਸ ਤੋਂ ਬਾਅਦ ਹੁਣ ਹੀ ਥੋੜ੍ਹੀ ਦੇਰ ਹੋਈ ਸੀ ਮੇਰੀ ਬੇਟੀ ਹੋਣ ਤੋਂ ਬਾਅਦ ਉਹਨੇ ਸਾਨੂੰ ਮਿਲਣਾ ਸ਼ੁਰੂ ਕੀਤਾ ਅਗਸਤ ਵਿੱਚ ਜਿੱਦਾਂ ਦੀ ਜਦੋਂ ਰਾਣੀ ਗੰਦੋਵਾਲੀ ਦੀ ਡੈਥ ਹੋਈ ਉਸ ਤੋਂ ਬਾਅਦ ਸਾਨੂੰ ਮਿਲਿਆ ਨਹੀਂ ਹੱਥ ਜੋੜ ਕੇ ਬੇਨਤੀ ਆ ਕਿ ਉਹਦੇ 'ਤੇ ਕੋਈ ਫਾਲਤੂ ਬੇਬੁਨਿਆਦ ਨਾ ਇਲਜ਼ਾਮ ਲਾਏ ਜਾਣ ਜਿਹੜਾ ਕੰਮ ਉਹਨੇ ਨਹੀਂ ਕੀਤਾ ਉਹ ਇਲਜ਼ਾਮ ਉਹਦੇ 'ਤੇ ਨਾ ਲਾਇਆ ਜਾਵੇ ਠੀਕ ਆ ਕਿਉਂਕਿ ਜਿਸ ਘਰ ਦੇ ਵਿੱਚ ਪੁਲਿਸ ਦੁਆਰਾ ਰੇਡ ਕੀਤੀ ਗਈ ਸੀ ਗ੍ਰਿਫਤਾਰ ਮਨੂ ਰਈਏ ਨੂੰ ਕੀਤਾ ਗਿਆ ਸੀ ਉਹਨਾਂ ਦੀ ਪਤਨੀ ਸਾਡੇ ਨਾਲ ਮੌਜੂਦ ਆ ਮੈਮ ਸਵੇਰੇ ਜਿਸ ਵੇਲੇ ਪੁਲਿਸ ਆਈ ਉਸ ਵੇਲੇ ਕੀ ਸਾਰਾ ਹੋਇਆ ਸੀ ਤੁਸੀਂ ਚਸ਼ਮਦੀਦ ਵੀ ਉਹ ਕੀ ਹੋਇਆ ਸੀ ਸਾਰਾ ਸਰ ਮਾਰਨਿੰਗ 4:30 ਵਜੇ ਰੇਡ ਹੋਈ ਘੇਰਾ ਪਿਆ ਸੀਗਾ 4:30 ਵਜੇ ਠੀਕ ਆ ਸਰ ਅਸੀਂ ਸੋ ਰਹੇ ਸੀ ਸਾਨੂੰ ਕੁਛ ਨਹੀਂ ਪਤਾ ਸੀਗਾ ਇੱਕਦਮ ਆਵਾਜ਼ ਆਈ ਕਿ ਤੁਹਾਨੂੰ ਚਾਰੇ ਪਾਸਿਓਂ ਘੇਰ ਲਿਆ ਗਿਆ ਇੱਕ ਮਿੰਟ ਫੜਿਓ ਤੁਹਾਨੂੰ ਚਾਰੇ ਪਾਸਿਓਂ ਘੇਰ ਲਿਆ ਵਾ ਠੀਕ ਆ ਅਤੇ ਮਨੂ ਨੂੰ ਬਾਹਰ ਕੱਢ ਦਿਓ ਠੀਕ ਹੈ ਸਰ ਮੈਂ ਬਾਹਰ ਆਈ ਮੈਂ ਬਾਹਰ ਆ ਕੇ ਬੋਲਿਆ ਕਿ ਮੈਂ ਤੁਸੀਂ ਪਲੀਜ਼ ਫਾਇਰਿੰਗ ਨਾ ਕਰਿਓ ਮੈਂ ਖੁਦ ਬਾਹਰ ਲੈ ਕੇ ਆਉਂਦੀ ਹਾਂ ਇੱਕ ਕਮਾਂਡੋ ਨੇ ਮੇਰੀ ਬਾਂਹ ਫੜੀ ਮੈਨੂੰ ਕਹਿੰਦੇ ਚਲੋ ਲੈ ਕੇ ਆਓ ਬਾਹਰ ਲੈ ਕੇ ਆਇਆ ਸੀ ਉਹਨੂੰ ਉਹਨੇ ਕੋਈ ਭੱਜਣ ਦੀ ਕੋਸ਼ਿਸ਼ ਨਹੀਂ ਕੀਤੀ ਕੋਈ ਗੱਲ ਨਹੀਂ ਕੀਤੀ ਉਹਨੇ ਆਰਾਮ ਨਾਲ ਆ ਕੇ ਉਹਨੇ ਕਿਹਾ ਕਿ ਹਾਂ ਮੈਂ ਆ ਗਿਆ ਵਾਂ ਬਾਹਰ ਕੋਈ ਉਹਨੇ ਭੱਜਣ ਦੀ ਕੋਸ਼ਿਸ਼ ਨਹੀਂ ਕੀਤੀ ਜੋ ਅਫਵਾਹਾਂ ਫਲਾਈਆਂ ਜਾ ਰਹੀਆਂ ਕਿ ਉਹ ਭੱਜਿਆ ਵਾ ਜਾਂ ਉਹਨੇ ਭੱਜਣ ਦੀ ਕੋਸ਼ਿਸ਼ ਕੀਤੀ ਉਹ ਨਹੀਂ ਭੱਜਿਆ ਉਹਨੇ ਭੱਜਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਕਿਤੇ ਵੀ ਨਹੀਂ ਹੋ ਗਿਆ ਨਾ ਹੀ ਉਹ ਮਤਲਬ ਜਦੋਂ ਪਤਾ ਛੋਟਾ ਜਿਹਾ ਤਾਂ ਘਰ ਆ ਸਾਰੇ ਪਾਸੇ ਉਹਦਾ ਘੇਰਾ ਪਿਆ ਭੱਜਣਾ ਕਿਹਨੂੰ ਹੈ ਪੁਲਿਸ ਇਹ ਵੀ ਕਹਿ ਰਹੀ ਕਿ 10 ਦਿਨਾਂ ਤੋਂ ਉੱਥੇ ਰੁਕੇ ਹੋਏ ਸੀ ਤੁਸੀਂ ਮੈਨੂੰ ਉੱਥੇ ਰੁਕਿਆ ਸੀ 10 ਦਿਨ ਨਹੀਂ ਨਹੀਂ 3-4 ਦਿਨਾਂ ਤੋਂ ਸੋ ਜਿਹੜਾ ਲੋੜੀਂਦਾ ਸੀ ਪੁਲਿਸ ਨੂੰ ਕਾਫੀ ਦੇਰ ਤੋਂ ਰਾਣੋ ਕੰਦੋਵਾਲੀਆ ਦੇ ਮਾਮਲੇ ਦੇ ਵਿੱਚ ਵੀ ਹੁਣ ਸਿੱਧੂ ਮੂਸੇਵਾਲਾ ਵਾਲੇ ਕਤਲ ਦੇ ਨਾਲ ਵੀ ਉਸਦੇ ਤਾਰ ਜੁੜੇ ਆ ਇਸ ਦੇ ਬਾਰੇ ਕੀ ਤੁਹਾਡਾ ਸਪਸ਼ਟੀਕਰਨ ਹੈ ਕੀ ਤੁਹਾਨੂੰ ਲੱਗਦਾ ਹੈ ਕਿ ਮਨੂ ਜਿਹੜਾ ਰਹੀਆ ਉਹ ਬੇਕਸੂਰ ਆ ਹਾਂਜੀ ਉਹ ਬੇਕਸੂਰ ਆ ਕਿਉਂਕਿ ਜਦੋਂ ਰਾਣਾ ਕੰਦੋਵਾਲੀ ਦੀ ਡੈਥ ਹੋਈ ਆ ਉਦੋਂ ਵੀ ਉਹ ਮੇਰੇ ਨਾਲ ਸੀ ਮੈਂ ਮੇਰੀ ਬੇਟੀ ਹੋਣ ਵਾਲੀ ਸੀ ਉਦੋਂ ਅਤੇ ਮੇਰੇ ਨਾਲ ਪਹਿਲਾਂ 5 ਵਜੇ ਉਹ ਘਰ ਆਏ ਨੇ ਲਾਈਕ 5:30 ਵਜੇ ਉਹ ਘਰ ਆਏ ਆਉਂਦਿਆਂ ਦੀ ਵੀ CCTV ਹੈਗੀ ਠੀਕ ਆ ਜਦੋਂ ਗਏ ਨੇ 8:15 8 ਵਜੇ ਉਦੋਂ ਦੀ ਵੀ CCTV ਹੈਗੀ ਫਿਰ ਅਸੀਂ ਹਸਪੀਟਲ ਗਏ ਹਾਂ ਥੋੜ੍ਹੀ ਜਿਹੀ ਮੈਡੀਸਿਨ ਲੈਣੀ ਸੀ ਉਹ ਵੀ CCTV ਹੈਗੀ 7:22 ਮਿੰਟ 'ਤੇ ਉਹਨਾਂ ਦਾ ਮਰਡਰ ਹੋ ਜਾਂਦਾ ਵਾ ਠੀਕ ਆ ਉਦੋਂ ਦੇ ਉਹ ਸਾਡੇ ਕੋਲ ਸੀਗੇ ਅਤੇ ਫਿਰ ਉਹ ਬੇਕਸੂਰ ਹੀ ਆ ਅਤੇ ਜਿਹੜੀ CCTV ਤੁਸੀਂ ਪੁਲਿਸ ਨੂੰ ਦਿਖਾਈ ਨਹੀਂ ਸੀ ਜਦੋਂ ਉਹਨਾਂ ਦਾ ਨਾਮ ਜੋੜਿਆ ਗਿਆ ਸੀ ਪੁਲਿਸ ਨੂੰ ਕੀ ਵਿਖਾਣੀ ਸਰ ਬਾਅਦ 'ਚ ਸਾਡਾ ਕੋਈ ਲਿੰਕ ਹੀ ਨਹੀਂ ਰਿਹਾ ਕਿਉਂਕਿ ਉਸ ਤੋਂ ਬਾਅਦ ਉਹਨੇ ਸਾਡਾ ਖੇੜਾ ਛੱਡਿਆ ਹੋਏਗਾ ਕਿਉਂਕਿ ਮੰਮਾ ਹੁਣਾਂ ਨਾਲ ਉਹ ਬਹੁਤ ਕਰਦਾ ਸੀਗਾ ਕਹਿੰਦੇ ਸੀਗੇ ਕਿ ਤੁਹਾਡੇ 'ਤੇ ਕੋਈ ਐਕਸ਼ਨ ਨਾ ਆਵੇ ਨਾ ਹੀ ਉਹ ਸਾਡੇ ਘਰ ਆਇਆ ਉਸ ਤੋਂ ਬਾਅਦ ਹੁਣ ਹੀ ਥੋੜ੍ਹੀ ਦੇਰ ਹੋਈ ਸੀ ਮੇਰੀ ਬੇਟੀ ਹੋਣ ਤੋਂ ਬਾਅਦ ਉਹਨੇ ਸਾਨੂੰ ਮਿਲਣਾ ਸ਼ੁਰੂ ਕੀਤਾ ਅਗਸਤ ਵਿੱਚ ਜਿੱਦਾਂ ਦੀ ਜਦੋਂ ਰਾਣੀ ਗੰਦੋਵਾਲੀ ਦੀ ਡੈਥ ਹੋਈ ਉਸ ਤੋਂ ਬਾਅਦ ਸਾਨੂੰ ਮਿਲਿਆ ਨਹੀਂ ਉਹ ਹੁਣ ਮਿਲਣਾ ਉਹਨੇ ਥੋੜ੍ਹੀ ਦੇਰ ਪਹਿਲਾਂ ਸਟਾਰਟ ਕੀਤਾ ਸੀ ਜਦੋਂ ਦੀ ਮੇਰੀ ਬੇਟੀ ਹੋਈ ਆ ਕਿੰਨੀ ਦੇਰ ਹੋਈ ਤੁਹਾਡੇ ਮੈਰਿਜ ਨੂੰ ਤੁਸੀਂ ਕਿੱਥੋਂ ਦੇ ਵਸਨੀਕ ਮੇਰੀ ਮੈਰਿਜ ਨੂੰ ਸਰ 1.5 ਸਾਲ ਹੋ ਚੱਲਾ ਹੈ ਅਤੇ ਮੈਂ ਸ਼ੈੱਡ ਦੀ ਵਸਨੀਕ ਹਾਂ ਬੇਸਿਕਲੀ ਮੈਂ ਅੰਮ੍ਰਿਤਸਰ ਸ਼ੈੱਡ ਕੀ ਇਨਸਾਫ ਦੀ ਮੰਗ ਕਰਦੇ ਹੋ ਮੈਂ ਸਰ ਇਨਸਾਫ ਦੀ ਮੰਗ ਇਹੀ ਕਰਦੀ ਹਾਂ ਕਿ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਉਹਦੇ 'ਤੇ ਕੋਈ ਫਾਲਤੂ ਬੇਬੁਨਿਆਦ ਨਾ ਇਲਜ਼ਾਮ ਲਾਏ ਜਾਣ ਜਿਹੜਾ ਕੰਮ ਉਹਨੇ ਨਹੀਂ ਕੀਤਾ ਉਹ ਇਲਜ਼ਾਮ ਉਹਦੇ 'ਤੇ ਨਾ ਲਾਇਆ ਜਾਵੇ ਠੀਕ ਆ ਕਿਉਂਕਿ ਮੇਰੇ ਕੋਲ CCTV ਆ ਜਦੋਂ ਰਾਣੇ ਕੰਦੋਵਾਲੇ ਦੀ ਡੈਥ ਹੋਈ ਆ ਉਹ ਮੇਰੇ ਨਾਲ ਸੀਗਾ ਉਹ ਵੀ ਬੇਬੁਨਿਆਦ ਆ ਕੋਈ ਹੈ ਨਹੀਂ ਕਿਉਂਕਿ ਜਦੋਂ ਹੈਗਾ ਹੀ ਨਹੀਂ ਜਦੋਂ ਸੀ ਇੱਕ ਬੰਦਾ ਇੱਕ CCTV ਵਿੱਚ ਆ ਰਿਹਾ ਵਾ ਉਹ ਦੋ ਜਗ੍ਹਾ 'ਤੇ ਕਿਵੇਂ ਹੋ ਸਕਦਾ ਇੱਕੋ ਇੱਕ ਬੰਦਾ ਇੱਕੋ ਥਾਂ 'ਤੇ ਹੋ ਸਕਦਾ ਵਾ ਦੋ ਜਗ੍ਹਾ 'ਤੇ ਇੱਕ ਬੰਦਾ ਕਦੀ ਨਹੀਂ ਜਾ ਸਕਦਾ ਉਹ ਮੇਰੇ ਨਾਲ ਸੀ CCTV ਮੇਰੇ ਕੋਲ ਠੀਕ ਆ ਜਿੱਦਣ ਸਿੱਧੂ ਮੂਸੇਵਾਲੇ ਵੀਰ ਦੀ ਡੈਥ ਹੁੰਦੀ ਆ ਠੀਕ ਆ ਉਦਣ ਵੀ ਉਹ ਤੋਂ 2-3 ਦਿਨ ਪਹਿਲਾਂ ਮੇਰੇ ਨਾਲ ਸੀਗੇ ਮੇਰੀ ਬੱਚੀ ਨਾਲ ਖੇਲ ਰਹੇ ਸੀ ਮੇਰੇ ਕੋਲ ਵੀਡੀਓ ਆ ਜਾਂਦੀ ਵੀ ਜੇ ਅਸੀਂ ਕਹੀ ਜਾਈਏ ਕਿ ਉਹ ਇਨਸਾਨ ਗਲਤ ਆ ਮੇਰੇ ਨਾਲ ਮੈਰਿਜ ਹੋ ਮੈਨੂੰ ਨਹੀਂ ਪਤਾ ਉਹ ਪਹਿਲਾਂ ਕਿੱਦਾਂ ਸੀ ਕਿੱਦਾਂ ਨਹੀਂ ਪਰ ਜਦੋਂ ਦੀ ਮੇਰੇ ਨਾਲ ਮੈਰਿਜ ਹੋਈ ਉਹ ਬੰਦੇ ਨੇ ਕੋਈ ਪੁੱਠਾ ਕੰਮ ਨਹੀਂ ਕੀਤਾ ਮੈਨੂੰ ਪਤਾ ਕਿੰਨੀ ਦੇਰ ਹੋਈ ਤੁਹਾਡੀ ਮੈਰਿਜ ਹੋਈ 12 ਮਈ ਨੂੰ ਮੇਰਾ ਵਿਆਹ ਹੋਇਆ ਸੀਗਾ ਕਿਹੜੇ ਸਾਲ 21 ਵਿੱਚ 2021 ਵਿੱਚ ਹਾਂਜੀ ਸੋ ਬਿਲਕੁਲ ਮਨੂ ਰਈਏ ਦੀ ਇਹ ਪਤਨੀ ਹੈ ਜਿਨ੍ਹਾਂ ਦਾ ਸਾਫ਼ ਤੌਰ 'ਤੇ ਕਹਿਣਾ ਹੈ ਕਿ ਉਸ ਨੂੰ ਨਜਾਇਜ਼ ਫਸਾਇਆ ਜਾ ਰਿਹਾ ਕਿਉਂਕਿ ਜਿਸ ਦਿਨ ਰਾਣਾ ਕੰਦੋਵਾਲੀਆ ਦਾ ਕਤਲ ਹੋਇਆ ਸੀ ਉਸ ਦਿਨ CCTV ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਕਿ ਮਨੂ ਰਈਆ ਜਿਹੜਾ ਉਹਨਾਂ ਦੇ ਨਾਲ ਸੀ ਸੋ ਇੱਕ ਬੰਦੇ ਦੀ 2 CCTV ਕਿਵੇਂ ਹੋ ਸਕਦੀਆਂ ਸੋ ਸਵੇਰੇ ਜਿਸ ਵੇਲੇ ਪੁਲਿਸ ਨੇ ਇੱਥੇ ਰੇਡ ਕੀਤੀ ਹੈ ਮਨੂ ਕੰਦੋ ਜਿਹੜਾ ਮਨੂ ਰਈਏ ਦੁਆਰਾ ਖੁਦ ਆਤਮ ਸਮਰਪਣ ਪੁਲਿਸ ਨੂੰ ਕੀਤਾ ਗਿਆ ਸੀ ਸੋ ਉਸ 'ਤੇ ਜਿਹੜੇ ਮਾਮਲੇ ਦਰਜ ਕੀਤੇ ਗਏ ਆ ਪੁਲਿਸ ਦੁਆਰਾ ਉਹ ਸਾਰੇ ਮਾਮਲੇ ਝੂਠੇ ਨੇ ਅਤੇ ਉਸਨੂੰ ਇਨਸਾਫ਼ ਮਿਲਣਾ ਚਾਹੀਦਾ ਅਮਿਤ ਸ਼ਰਮਾ ਪੰਜਾਬ ਤੱਕ ਅੰਮ੍ਰਿਤਸਰ